ਵਦੀ ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦਸਹਿਰਾ ਅੱਜ ਸਮੁੱਚੇ ਦੇਸ਼ ਦੇ ਵਿੱਚ ਧੂਮਤਮ ਦੇ ਨਾਲ ਮਨਾਇਆ ਗਿਆ ਦੇਸ਼ ਵਿੱਚ ਵੱਖ-ਵੱਖ ਥਾਈਂ ਅੱਜ ਸ਼ਾਮ ਰਾਵਣ ਕੁੰਮਕਰਨ ਮੇਗਨਾਦ ਦੇ ਪੁਤਲੇ ਸਾੜੇ ਗਏ ਦਿੱਲੀ ਦਿਲਾਲ ਕਿਲੇ ਵਿੱਚ ਕਰਵਾਏ ਗਏ ਸਮਾਗਮ ਵਿੱਚ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਚੇ ਚੇ ਤੌਰ ਤੇ ਸ਼ਾਮਲ ਹੋਏ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੇ ਸਮਾਗਮ ਵਿੱਚ ਸ਼ਾਮਲ ਹੁੰਦਿਆਂ ਸਭ ਤੋਂ ਪਹਿਲਾਂ ਸ਼ਮਾਂ ਰੌਸ਼ਨ ਕੀਤੀ ਇਸ ਉਪਰੰਤ ਹੋਰਨਾ ਸਖਸ਼ਤਾ ਦੇ ਨਾਲ ਰਾਮਲੀਲਾ ਦੇ ਅੰਤਿਮ ਪਲ ਵਿਖੇ ਇਸ ਦੌਰਾਨ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੂੰ ਸਟੇਜ 'ਤੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਰਾਵਣ, ਕੁੰਮਕਰਨ ਅਤੇ ਮੇਗਨਾ ਦੇ ਪੁਤਲਿਆਂ ਦਾ ਤੀਰ ਚਲਾ ਕੇ ਦਹਨ ਵੀ ਵਿਖਿਆ।

ਪੰਜਾਬ ਵਿੱਚ ਵੀ ਵਕਫ-ਵਕ ਥਾਂئیں ਦਸਹਿਰੇ ਨੂੰ ਲੈ ਕੇ ਸਮਾਗਮ ਕਰਵਾਏ ਗਏ ਤੇ ਅੱਜ ਸ਼ਾਮ 라ਵਣ ਕੁੰਮਕਰਨ ਤੇ ਤੇ ਮੇਗਨਾਦ ਦੇ ਪੁਤਲੇ ਸਾੜੇ ਗਏ ਦਸਹਿਰੇ ਨੂੰ ਲੈ ਕੇ ਸੁਰੱਖਿਆ ਦੇ ਵੇਖੜੇ ਬੰਦੋਬਸਤ ਕੀਤੇ ਗਏ ਵਕਫ-ਵਕ ਥਾਂئیں ਪੁਲਿਸ ਜਵਾਨਾਂ ਦੀ ਵਾਧੂ ਤਾਇਨਾਤੀ ਵੀ ਕੀਤੀ ਗਈ